खिलाफ किसान जिथे पक्का मोर्चा लाया गया है। संयुक्त किसान मोर्चा एक पूरे देश दियां किसान जथेबंदियां ने बनाया है, उसकी इत्थे स्टेज लगी है। सामने किसान बैठे हुए ने, उन्होंने वालों पोस्टर भी इतने लाए गए हैं। पोस्टर से तुम साफ पढ़ सकते हो, मोदी स्टॉप किलिंग फार्मर्स। सीधे तौर पर प्रधानमंत्री नरेंद्र मोदी को इतने अपील की गई है। अंबानी को ये सारे कार्य के पिछे जिम्मेवार दसया जा रहा है। अंबानी स्टॉप फंडिंग मोदी टू किलिंग फार्मर्स, क्योंकि इन्हों का मनना है कि अंबानी के वलों ही फंडिंग की जा रही है इस वे केंद्र सरकार की। इस करके ही उन्होंने वलों अजिहे कानून अंबानिया के हक में पास किए जा रहे हैं। पर बहुत सारिया विलखण तस्वीर इस धरने के सामने आई, जिथे नौजवानों ने वड्डी गिणती दे विच पहली बार इन्ना वड्डा समर्थन किसानों दिता है। उधर दूजे पासे बहुत सारिया किसान बीबिया भी, जिन्हां दी काफ़ी उम्र है, वह भी इस धरने के पहुँचदियाँ दिखाई देंदियां ने। बीबी जी नाल गलबात करांगे, सब तो पहले अपना नाम ते उम्र दस दिओ जी। किन्नी मेरा जरनैल कौर, उम्र किन्नी है जी? 65 साल। ते की लोड़ पै गई जी इत्थे बैठण दी? किन्ने दिनों, किन्ना चिर हो गया तुहानूं धरने ते बैठण नूं? सानूं धरने ते बैठण 2 महीने हो गए। 2 महीने बाली डांडियां दे पंप दे उत्ते बैठे आं असीं, भरा साढ़े नाल किसान भरा साढ़े नाल बैठते हैं। 2 महीने सानूं लगातार धरने ते बैठे हो गए, ते असीं बैठे आपके हकों के वास्ते जिहड़े काले कानून मोदी लेके आया, ये असीं लद्द करने चाहुंदे आं। साडा देश है जिहड़ा सोने की चिड़ी है, साडा देश सोने की चिड़ी है। ये सानू इन्हां ने रोल लिया, सरकार ने रोल दिता, बिल्कुल रोल दिता, क्योंकि साडियां वोटां ते तां कामयाब हो गए। ते सानू इन्हां ने गरीबी लियाती, सिखां नू इन्नी महंगाई करती, बहुत हदों वध महंगाई करती। जो असीं छोटे हुंदे सी बड़ियां चीज़ां सस्तियां सी, पर हुण जदों इन्हां दा राज आया बड़ी ज़्यादा महंगाई। ਇਤਰਾਜ਼ ਹੈ ਚਲੋ ਮਹਿੰਗਾਈ ਤਾਂ ਸਾਰੀਆਂ ਸਰਕਾਰਾਂ ਵੇਲੇ ਚੱਲਦੀ ਰਹਿੰਦੀ ਪਰ ਫਿਲਹਾਲ ਤੁਸੀਂ ਧਰਨਾ ਕਾਨੂੰਨਾਂ ਨੂੰ ਲੈ ਕੇ ਇਤਰਾਜ਼ ਕੀ ਹੈ? ਇਹ ਸਾਨੂੰ ਜ਼ਮੀਨਾਂ ਦਾ, ਜਿਹੜੀਆਂ ਸਾਡੀਆਂ ਜ਼ਮੀਨਾਂ ਵਾਸਤੇ ਇਹ ਕਾਲੇ ਕਾਨੂੰਨ ਲੈ ਕੇ ਆਏ
ਦੀ ਚਿੜੀ ਹੈ ਅਸੀਂ ਕੋਈ ਖਾੜਕੂ ਪੁੱਤ ਜੰਮੇ ਨਹੀਂ ਖਾੜਕੂ ਸਾਨੂੰ ਸਰਕਾਰਾਂ ਨੇ ਬਣਾ ਦਿੱਤਾ ਠੀਕ ਹੈ ਨਾ ਨਹੀਂ ਇਹ ਇਹ ਇਸੇ ਗੱਲ ਕਰਕੇ ਤੇ ਇਸ ਵੇਲੇ ਕਿਹਾ ਵੀ ਜਾ ਰਿਹਾ ਉਹ ਕਹਿੰਦੇ ਕਿ ਜਿਹੜੇ ਆ ਖਾਲਿਸਤਾਨ ਨੇ ਬੈਠੇ ਆ ਕਈ ਲੀਡਰਾਂ ਦੇ ਅੱਤਵਾਦੀ ਤੱਕ ਕਹਿ ਦਿੱਤਾ ਅੱਤਵਾਦੀ ਵਧੀਆ ਸੀ ਅੱਤਵਾਦੀ ਸੀ ਪੈਦਾ ਨਹੀਂ ਕੀਤੇ ਅੱਤਵਾਦੀ ਸਾਨੂੰ ਸਰਕਾਰਾਂ ਨੇ ਬਣਾ ਦਿੱਤਾ ਅਸੀਂ ਹੀ ਅੱਤਵਾਦੀ ਪੈਦਾ ਕੀਤੇ ਅਸੀਂ ਇਸੇ ਹੱਕ ਵਾਸਤੇ ਆਏ ਹਾਂ ਕਿ ਸਾਡੇ ਕਾਲੇ ਕਾਨੂੰਨ ਲੱਦ ਹੋਣੇ ਚਾਹੀਦੇ ਵੀ ਸਾਨੂੰ ਉਹ ਆਪਣੀ ਜ਼ਮੀਨ ਹੱਕ ਦੇ ਵਿੱਚ ਛੋਟੀ ਸਰਕਾਰ ਕਹਿ ਰਹੀ ਹੈ ਕਿ ਇਹਨਾਂ ਨੂੰ ਕਾਨੂੰਨਾਂ ਬਾਰੇ ਪਤਾ ਹੀ ਨਹੀਂ ਹੈ ਪਤਾ ਕਿ ਅਸੀਂ ਕਹਿੰਦਾ ਕੋਈ ਇਹਦੇ ਕਮਲੇ ਨਹੀਂ ਗਏ ਅਸੀਂ ਇੰਨੀ ਕਮਾਈ ਕਰ ਕਰ ਦਿੰਨੇ ਆ ਅਸੀਂ ਰੋਟੀਆਂ ਪਕਾਉਣੀਆਂ ਦਸਾਂ ਦਸਾਂ ਪੰਦਰਾਂ ਪੰਦਰਾਂ ਬੰਦਿਆਂ ਦੀਆਂ ਇਹਨਾਂ ਦੀਆਂ ਲੇਡੀਆਂ ਦੇ ਨੌਕਰ ਰੱਖੇ ਆ ਸਾਡੇ ਕੋਲ ਕੋਈ ਨੌਕਰ ਨਹੀਂ ਗਾ ਅਸੀਂ ਬਹੁਤ ਦੁਖੀ ਹਾਂ ਦੁਖੀ ਹੋ ਕੇ ਆਏ ਮੋਦੀ ਤੋਂ ਐਵੇਂ ਨਹੀਂ ਅਸੀਂ ਆਏ ਇੱਥੇ ਅਸੀਂ ਕੀ ਕਰਨ ਆਉਣਾ ਸੀ ਦੇਖੋ ਕੀ ਲੱਗਦਾ ਵੀ ਸਰਕਾਰ ਮੰਨੂਗੀ ਪੱਕਾ ਮੋਰਚਾ ਤਾਂ ਲੱਗ ਗਿਆ ਬੜੇ ਲੋਕਾਂ ਦੇ ਵੱਲੋਂ ਸਮਰਥਨ ਵੀ ਮਿਲਣ ਲੱਗ ਪਿਆ ਸਾਰੇ ਆਣ ਖੜੇ ਹੋਏ ਆ ਭਾਵੇਂ ਕਲਾਕਾਰ ਹੋਣ ਜਿਹੜੇ ਮਰਜ਼ੀ ਹੋਣ ਮੰਨੂ ਸਰਕਾਰ ਸਰਕਾਰ ਇੱਥੇ ਮਜ਼ਬੂਤ ਰਹਿਣਾ ਸਰਕਾਰ ਸਾਨਾ ਨੇ ਇੱਥੋਂ ਹਿੱਲਣਾ ਨਹੀਂ ਜਿੰਨਾ ਚਿਰ ਮੰਨਦਾ ਨਹੀਂ ਮੋਦੀ ਇੱਥੋਂ ਨਹੀਂ ਜਾਣਾ ਉਹਨਾਂ ਚਿਰ ਮਨਾ ਕੇ ਜਾਣਾ ਪਰ ਨਾਲ ਬੈਠੇ ਆ ਸਾਰੇ ਠੀਕ ਹੈ ਨਾ ਕਾਰਨ ਇਹ ਕਿ ਜਿੱਦੋਂ ਧਰਨੇ ਤੇ ਬੈਠਣਾ ਪੈ ਰਿਹਾ ਸਭ ਤੋਂ ਪਹਿਲਾਂ ਦੇਖ ਸਭ ਤੋਂ ਪਹਿਲਾਂ ਇਸ ਕਰਕੇ ਧਰਨੇ ਤੇ ਬੈਠੇ ਰਹੇ ਆ ਜਿਹੜੀ ਸਾਡੀ ਮਿੱਟੀ ਮਾਂ ਹੈ ਇਹਦੀ ਇਹ ਸਾਤੋਂ ਖੋਣਾ ਚਾਹੁੰਦੇ ਆ ਇਹ ਅਸੀਂ ਆਪਦੀ ਹੋਂਦ ਨੂੰ ਬਚਾਉਣ ਵਾਸਤੇ ਆਏ ਆ ਸਾਡੇ ਬੱਚੇ ਗਾਂ ਕੀ ਸਾਨੂੰ ਕਹਿਣਗੇ ਵੀ ਸਾਡੀ ਤੁਸੀਂ ਜਿਹੜੀ ਮਿੱਟੀ ਦੀ ਮੁੱਠ ਸੀ ਤੁਸੀਂ ਉਹ ਵੀ ਨਹੀਂ ਬਚਾ ਸਕੇ ਉਹਦੇ ਬਚਾਉਣ ਦੀ ਖਾਤਰ ਇੱਥੇ ਮੋਦੀ ਦੀ ਪਿਓ ਦੀ ਦਿੱਲੀ ਨਹੀਂ ਸਾਡੀ ਵੀ ਦਿੱਲੀ ਆ ਬਚਾਉਣ ਖਾਤਰ ਆਏ ਆ ਕੀ ਲੱਗਦਾ ਸਰਕਾਰ ਫਿਰ ਜਿੰਨਾ ਚਿਰ ਸਰਕਾਰ ਮੰਨਦੀ ਨਹੀਂ ਉਹਨਾਂ ਚਿਰ ਸਾਡੇ ਧਰਨੇ ਇੱਥੇ ਐਂ ਜਾਰੀ ਰਹਿਣਗੇ ਅਸੀਂ ਅਜੇ ਕਿ ਇਸ ਤੋਂ ਵੱਧ ਪਬਲਿਕ ਆ ਰਹੀ ਆ ਸਾਰੇ ਇਕੱਠੇ ਹੋ ਕੇ ਕਿਸਾਨ ਭੈਣ ਭਰਾ ਸਾਰੇ ਸਾਡੇ ਹੀ ਆ ਸਾਰੇ ਇੱਥੇ ਹੀ ਬੈਠਣਗੇ ਪਤਾ ਕਿਉਂ ਨਹੀਂ ਮੇਰੇ ਵਰਗੇ ਅਨਪੜ੍ਹਾਂ ਨੂੰ ਵੀ ਪਤਾ ਪੰਜ ਪੜ੍ਹਿਆਂ ਨੂੰ ਵੀ ਇਹ ਸਾਡੀ ਹੋਂਦ ਆ ਜਿਹੜੀ ਇਹ ਜਾ ਰਹੀ ਆ ਸਾਨੂੰ ਤਾਂ ਇਹ ਨਹੀਂ ਪਤਾ ਲੱਗਣਾ ਵੀ ਸਾਡੀ ਵੱਟ ਕਿੱਥੇ ਸੀ ਮੋਟਰ ਕਿੱਥੇ ਸੀ ਸਾਡੇ ਖੇਤ 'ਚ ਜਿਹੜਾ ਦਰਖਤ ਲਾਇਆ ਉਹ ਕਿੱਥੇ ਸੀ ਅਸੀਂ ਉਹ ਬਚਾਉਣ ਖਾਤਰ ਇੱਥੇ ਆਏ ਹਾਂ।
बराबर आके बह गए। हजार रुपया मेरी जिम्मेवारी आ, मैं किसी जूनियर की जूनियर तो नहीं लेंदी प्रधान तो, मैं को हाँ मैं आपके पोते पोतियां की होंद बचाने आई हूँ। 70 साल सीधे तौर पर सरकार से सवाल चुके जा रहे हैं कि खाड़कू जमदे नहीं, सरकार पैदा कर दया ने उन्होंने वालों अजिहे दावे किए जा रहे हैं, क्योंकि इस वे जो धरनाकारी ने उन्होंने खालिस्तान के नाल जोड़ के भी देखा जा रहा है। जोड़े इतने जरनैल सिंह पिंडरांवाले फोटो लैके कुछ नौजवान आए सन, उन्होंने लैके भी राष्ट्रीय मीडिया के बहुत इतराज़ जाहिर किया गया कि देखो ये किसान नहीं, ये तो वक्वादी ने, यह खालिस्तानी ने, अतवादी तक भी कई राष्ट्र मीडिया के वालों कह दिता गया, कुछ चैनल वालों कह दिता गया। पर इन्हों का कहना है असं हक लैन आए हाँ, जमहूरी तरीके हक मंग रहे हैं, सरकार ये खेती कानून वापस लेने ही पैणगे। आखिर यदा हल की होएगा कि सरकार वापस लेंदी है, इस पर सब की निगाह बड़े रहेगी। तुम देखते रहो द पंजाब टीवी।